ਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਸਤਸੰਗ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਗੁਰਮੁਖਾਂ ਪਾਸੋਂ ਸਭ ਸਰਵਣ ਕਰ ਰਹੇ ਸੀ ਤੇਰੇ ਭਰੋਸੇ ਪਿਆਰੇ ਮੈਂ ਲਾਡ ਲੜਾਇਆ। ਜਿਹੜੇ ਗੁਰਮੁਖ ਇੱਥੋਂ ਯੂਨੀਵਰਸਿਟੀ ਵਿੱਚੋਂ ਸੰਤ ਸਿਪਾਹੀ ਦਾ ਕੋਰਸ ਕਰਕੇ ਗਏ ਨੇ ਅਤੇ ਜਿਹੜੇ ਕਰ ਰਹੇ ਨੇ, ਚਾਹੇ ਉਹ 1 ਸਾਲ ਦੇ ਨੇ, ਚਾਹੇ 2 ਸਾਲ ਦੇ ਨੇ, ਚਾਹੇ 3-4 ਸਾਲ ਦੇ ਨੇ ਸੰਤ, ਅਤੇ ਜਿਹੜਾ ਅਖੀਰਲਾ ਸਾਲ ਹੈ ਸੰਤ ਸਿਪਾਹੀ ਦਾ, ਇਹ ਸਾਰੇ ਹੀ ਇੱਥੋਂ ਦੇ ਵਿਦਿਆਰਥੀ ਲਾਡਲੇ ਬੱਚੇ ਨੇ ਉਸ ਪਰਮਾਤਮਾ ਦੇ ਜਿਸ ਨੇ ਸਾਨੂੰ ਪੈਦਾ ਕੀਤਾ, ਇਸ ਲੋਕ ਖੇਲਣ ਭੇਜਿਆ, ਇਹ ਉਸ ਨੂੰ ਜਾਣਦੇ ਨੇ। ਇਸ ਕਰਕੇ ਇਹਨਾਂ ਦੇ ਉਹ ਮਨ ਵਿੱਚ ਵੱਸ ਚੁੱਕਾ ਹੈ ਅਕਾਲ ਪੁਰਖ, ਅਤੇ ਇਹਨਾਂ ਦੇ ਹਰ ਇੱਕ ਗੱਲ ਨੂੰ ਮੰਨਦਾ ਅਤੇ ਧਿਆਨ ਨਾਲ ਸੁਣਦਾ ਹੈ। ਇਸ ਕਰਕੇ ਹੀ ਗੁਰਬਾਣੀ ਵਿੱਚ ਸਾਨੂੰ ਦੱਸਿਆ ਹੈ, ਸੱਚਾ ਸਾਹਿਬ ਮਨ ਵਸੇ ਮਨ ਚਿੰਦਿਆ ਫਲ ਪਾਏ, ਨਾਨਕ ਤਿਨਕਾ ਆਖਿਆ ਆਪ ਸੁਣੇ, ਜਲੈਨ ਪੰਨੇ ਪਾਏ। ਬੜੇ ਧਿਆਨ ਨਾਲ ਸੁਣਦਾ ਹੈ, ਜਿਵੇਂ ਮਾਤਾ ਪਿਤਾ ਬੱਚੇ ਦੇ ਧਿਆਨ ਨਾਲ ਗੱਲ ਸੁਣਦਾ ਹੈ। ਮਹਾਰਾਜ ਅੰਦ ਨੇ ਸੱਚੇ ਸੁਣਿਆ ਕੰਨ ਦੇ, ਤੀਰਗ ਦੇ ਸਹਿ ਸੁਭਾਏ। ਅਵਲ ਤਾਂ ਇਹਨਾਂ ਲੋੜ ਅਰਦਾਸ ਕਰਨ ਦੀ ਪੈਂਦੀ ਨਹੀਂ, ਬਿਨ ਬੋਲੇ ਸਭ ਕੁਛ ਜਾਣਦਾ, ਮਾਤਾ ਪਿਤਾ ਬੱਚੇ ਦੀ ਹਰ ਇੱਕ ਲੋੜ ਨੂੰ ਸਮਝਦਾ। ਅਗਰ ਜੇ ਲੋੜ ਪਏ ਤਾਂ ਅਰਦਾਸ ਕੀਤੀ ਹੋਈ ਨਿੱਜ ਮਹਿਲ ਵਿੱਚ ਨਾਮ ਇਸਮਾਨ ਤੋਂ ਬਾਅਦ ਉਹ ਮੋੜਦਾ ਨਹੀਂ। ਐਸੀ ਵਸਤੇ 'ਚ ਮਹਾਰਾਜ ਅੰਦ ਨੇ, ਜਦੋਂ ਅਸੀਂ ਨਿੱਜ ਘਰ ਦੇ ਵਿੱਚ ਜਾ ਕੇ ਨਾਮ ਵਿੱਚ ਸਮਾ ਕੇ ਸੱਚ ਦੇ ਸਮੁੱਖ ਬੇਨਤੀ ਅਤੇ ਅਰਦਾਸ ਕਰਦੇ ਹਾਂ, ਉਹ ਬਿਰਥਾ ਨਹੀਂ ਜਾਂਦੇ। ਬਿਰਥਾ ਕਦੇ ਨਹੀਂ ਹੋਵੇ ਜਨ ਕੀ ਅਰਦਾਸ। ਇਸ ਕਰਕੇ ਆਮ ਜੀਵ ਅਤੇ ਇਹਨਾਂ ਦੇ ਵਿੱਚ ਲੱਖਾਂ ਘੋਆਂ ਦਾ ਫਰਕ। ਆਮ ਜੀਵ ਜਿਹਨੇ ਸੱਚ ਨੂੰ ਅਜੇ ਦੇਖਿਆ ਨਹੀਂ, ਆਪਦੇ ਮਨ ਨੂੰ ਦੇਖੇ ਨਹੀਂ, ਉਹਦੇ ਹੁਕਮ ਵਿੱਚ ਮਾਂ ਪਿਓ ਦੇ ਆਇਆ ਨਹੀਂ, ਉਹ ਕਾਲ ਦੀ ਪੁਜਾਰੀ ਹੈ, ਉਹ ਮਾਂ ਦਾ ਪੁਜਾਰੀ ਹੈ। ਇਸ ਕਰਕੇ ਉਹਨਾਂ ਦੀ ਕਾਲ ਮੰਨਦਾ, ਇਹਨਾਂ ਦੀ ਅਕਾਲ ਮੰਨਦਾ ਬ੍ਰਹਮ। ਉਹ ਤਨ ਨਾਲ ਜੁੜੇ ਹੁੰਦੇ ਨੇ, ਇਸ ਕਰਕੇ ਇਹ ਤਨ ਸਾਡਾ ਕਾਲ ਦੇ ਸਪੁਰਦ ਕੀਤਾ ਹੈ, ਅਤੇ ਜਦੋਂ ਵੀ ਉਹ ਮੰਗਦੇ ਨੇ ਇਸ ਲੋਕ ਦੀ ਵਸਤਾ ਮੰਗਦੇ ਨੇ, ਆਪਦੇ ਮਨ ਵਾਸਤੇ ਨਹੀਂ ਮੰਗਦੇ। ਕੋਈ ਕਾਰੋਬਾਰ ਦਾ ਮੰਗ ਕਰਦਾ, ਕੋਈ ਦੇਹ ਦੀ ਤੰਦਰੁਸਤੀ ਵਾਸਤੇ ਮੰਗ ਕਰਦਾ, ਜਾਣੀ ਕਿ ਜੋ ਵੀ ਕਾਲ ਦਾ ਪੁਜਾਰੀ ਮਾਇਆ ਦੇ ਵਿੱਚ ਰਹਿਣ ਵਾਲਾ, ਉਹ ਇਸ ਤਨ ਵਾਸਤੇ ਸਾਰਾ ਕੁਝ ਮੰਗਦਾ, ਕਿਉਂਕਿ ਉਸ ਨੂੰ ਪਤਾ ਨਹੀਂ ਕਿ ਮਨ ਨੂੰ ਪੈਦਾ ਕਰਨ ਵਾਲ ਹੋਰ ਹੈ ਮਾਤਾ ਪਿਤਾ। ਇਸ ਕਰਕੇ ਜਿਹੜੇ ਇਹ ਗੁਰਮੁਖ ਨੇ, ਇਹ ਉਸ ਅਕਾਲ ਪੁਰਖ ਦੇ ਕੋਲੋਂ ਆਪਦੇ ਮਨ ਦੇ ਵਾਸਤੇ ਮੰਗਦੇ ਹਨ। ਇਸ ਕਰਕੇ ਇਹਨਾਂ ਦਾ ਅਤੇ ਆਮ ਜੀਵ ਦੇ ਵਿੱਚ ਬਹੁਤ ਜ਼ਿਆਦਾ ਫਰਕ ਹੈ। ਇਸੇ ਕਰਕੇ ਹੀ ਤੁਸੀਂ ਦੇਖੋਗੇ ਕਿ ਇੱਥੋਂ ਦੇ ਸਟੂਡੈਂਟ ਬੱਚੇ ਪਿਆਰ ਦੇ ਭੁੱਖੇ ਨੇ, ਚਾਹੇ ਰੋਟੀ ਮਿਲੇ ਰੁੱਖੀ, ਚਾਹੇ ਭੁੱਖ ਦੇ ਸੋਹਣਾ ਮਿਲ ਜਾਏ, ਹੋਮੇ ਤੋਂ ਰਹਿਤ ਹੋਣ ਕਰਕੇ ਇਹ ਅੰਦਰ ਸਾਡਾ ਉਸ ਮਾਲਕ ਨਾਲ ਪਿਆਰ ਨਾ ਟੁੱਟੇ, ਤੜਕੇ ਤੋਂ ਕੰਮ ਵੀ ਕਰਦੇ ਨੇ, ਸਿਮਨ ਵੀ ਕਰਦੇ ਨੇ। ਇਹਨਾਂ ਦੀ ਉਹ ਅਵਸਥਾ ਜੋ ਮਹਾਰਾਜ ਦੱਸ ਰਹੇ ਨੇ, ਰੁੱਖੋ ਭੋਜਨ
poem sang Sakhi Pirya Sang Sukh Bihat. ਇਹ ਬੱਚੇ ਤੇ ਬੱਚੀਆਂ ਜਿੱਥੇ ਵੀ ਜਾਣਗੇ ਉੱਥੇ ਸਵਰਗ ਬਣਾ ਦੇਣਗੇ ਉਸ ਘਰ ਨੂੰ, ਕਿਉਂਕਿ ਇਹਨਾਂ ਦਾ ਪਿਆਰ ਇੰਨਾ ਵੰਡਣਾ ਹੈ, ਪਿਆਰ ਦੇ ਮਹਿਕ ਇਹਨਾਂ ਦੇ ਬੋਲਾਂ ਵਿੱਚ ਅੰਮ੍ਰਿਤ, ਇਹਨਾਂ ਤੋਂ ਜੋ ਵੀ ਪਰਿਵਾਰ ਦਾ ਮੈਂਬਰ ਹੈ ਕੰਮ ਭਾਵੇਂ ਰਾਤ ਦਿਨ ਕਰਨ ਸਿਮਰਨ ਕਰਨਗੇ, ਇਹਨਾਂ ਤੋਂ ਕਹਾਣੀ ਇਹਨਾਂ ਦੇ ਮਾਤਾ ਪਿਤਾ ਦੇ ਸੁਣਨਗੇ, ਇਹ ਖੁਸ਼ ਹੋਣਗੇ. ਸੋ ਇਸ ਕਰਕੇ ਇੱਥੋਂ ਦਾ ਪੜ੍ਹਾਈ ਦਾ ਅਤੇ ਸੰਸਾਰ ਤੋਂ ਪੜ੍ਹਾਈ ਦਾ ਫਰਕ ਹੈ. ਸੰਸਾਰ ਦੀ ਪੜ੍ਹਾਈ ਪਾਉਣ ਵਿੱਚ ਚੱਲਦੀ, ਇਹਨਾਂ ਪੜ੍ਹਾਈ ਪਾਉਣ ਤੋਂ ਉੱਪਰਦੀ ਨਾਮ ਤੋਂ ਸ਼ੁਰੂ ਹੁੰਦੀ, ਸਹਿਤਾਂ ਤੋਂ ਸ਼ੁਰੂ ਹੁੰਦੀ, ਜਿੱਥੋਂ ਆਪਣੀ ਭਗਤੀ ਸ਼ੁਰੂ ਹੁੰਦੀ ਹੈ. ਅੱਜ ਜਿਹੜਾ ਆਪਾਂ ਸਿਮਰਨ ਕਰਦੇ ਹਾਂ ਗੁਰਮੰਤਰ ਦਾ, ਇਹ ਅਜੇ ਸਾਡੀ ਭਗਤੀ ਵਿੱਚ ਸ਼ਾਮਿਲ ਨਹੀਂ. ਰਾਤ ਦਿਨ ਜੋ ਆਪਾਂ ਤੁਰਦਿਆਂ ਫਿਰਦਿਆਂ ਬਹਿੰਦਿਆਂ ਉੱਠਦਿਆਂ ਸਿਮਰਨ ਕਰਦੇ ਹਾਂ ਗੁਰਮੰਤਰ ਦਾ, ਇਹ ਭਗਤੀ ਵਿੱਚ ਸ਼ਾਮਿਲ ਨਹੀਂ. ਇਹ ਸਿਰਫ ਅਸੀਂ ਇਹਨਾਂ ਪੰਜਾਂ ਦੇ ਨਾਲ ਯੁੱਧ ਕਰਨ ਵਾਸਤੇ ਸ਼ਸਤਰ ਲਿਆ ਹੋਇਆ. ਇਹਨਾਂ ਸਾਡੇ ਘਰ ਜਾਣ ਦੇ ਵਿੱਚ ਰੁਕਾਵਟ ਪਾਉਣੀ, ਮਾਤਾ ਪਿਤਾ ਤੋਂ ਮਿਲਣ ਵਾਸਤੇ ਰੁਕਾਵਟ ਪਾਉਣੀ, ਇਹਨਾਂ ਕੋਟ ਦੀ ਪਾਲ ਖੜੀ ਕਰਨੀ ਅਸੀਂ ਤੋੜਦੀ ਹਾਂ, ਇਹਨਾਂ ਕਾਲ ਦਾ ਜਾਲ ਵਿਛਾਉਣਾ ਅਸੀਂ ਉਸਨੂੰ ਕੱਟਣਾ ਹੈ, ਇਹਨਾਂ ਭਰਮ ਦਾ ਪਰਦਾ ਖੜਾ ਕਰਨਾ ਉਸਨੂੰ ਪਾੜਨਾ ਹੈ. ਇਸ ਕਰਕੇ ਗੁਰਮੰਤਰ ਦੁਆਰਾ ਅਸੀਂ ਇਹਨਾਂ ਦਾ ਯੁੱਧ ਕਰਦੇ ਹਾਂ, ਚਾਹੇ ਉੱਠਤ ਬੈਠਤ ਸੋਵਤ ਜਾਗ ਜਿਸ ਵੀ ਹਾਲਤ ਵਿੱਚ ਹੋਵੋ ਸਿਮਰਨ ਜਾਰੀ ਰੱਖਣਾ. ਸਾਡੇ ਭਗਤੀ ਸ਼ੁਰੂ ਹੋਣੀ ਹੈ ਸਾਡੇ ਘਰ ਪਹੁੰਚਣ ਦੇ, ਅਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰਤ ਬਹੁਤ ਯੁੱਗ ਹਾਰਿਓ ਮਾਨਸ ਦੇ ਲਈ, ਕਿ ਕਈਆਂ ਯੁੱਗਾਂ ਤੋਂ ਬਾਅਦ ਮਾਨਸ ਜਾਂ ਮਿਲਿਆ, ਇਹਨਾਂ ਫਿਰ ਰੁਕਾਵਟ ਖੜੀ ਕਰ ਦਿੱਤੀ ਹੈ, ਇਹਨਾਂ ਨਾਲ ਯੁੱਧ ਕਰ ਰਹੇ ਹਾਂ. ਕਿ ਇੱਕ ਵਾਰ ਜਿਹੜਾ ਸਾਨੂੰ ਘਰ ਸਾਡਾ ਦੱਸਿਆ ਗਿਆ ਹੈ, ਉਹਦੇ ਡੱਡਾ ਡੇਰਾ ਇਹਨੇ ਜਿਹਾ ਡੇਰਾ ਅਤੇ ਜਾਣੂ ਡੇਰ ਕਾ ਸੰਜਮ ਗੁਰ ਕੇ ਸ਼ਬਦ ਪਛਾਣ, ਅਸੀਂ ਗੁਰੂ ਦਾ ਮੰਤਰ ਲੈ ਕੇ ਸ਼ਬਦ ਲੈ ਕੇ ਇਹਨਾਂ ਨਾਲ ਯੁੱਧ ਕਰਕੇ ਆਪਦੇ ਘਰ ਜਾਣਾ, ਇਹਨਾਂ ਦੇ ਘਰ ਨਹੀਂ ਠਹਿਰਨਾ. ਅਤੇ ਇਸ ਕਰਕੇ ਸਾਡੀ ਭਗਤੀ ਜਦੋਂ ਅਸੀਂ ਆਪਦੇ ਘਰ ਪਹੁੰਚ ਗਏ, ਸਾਡਾ ਘਰ ਹੈ ਸੁਨ ਦਸੋਂ ਦਾ ਥਿਰ ਘਰ, ਸਹਿ ਗੁਫਾ ਗਗਨ ਗੁਰਦੁਆਰਾ ਮੰਦਰ ਮਸੀਦ ਬੇਗਮਪੁਰਾ ਸ਼ਹਿਰ ਨਰਪਾਉਣ ਨਗਰ ਅਬਚਲ ਨਗਰ ਨਿਰੰਕਾਰ ਦਾ ਦੇਸ਼ ਸੱਚਾ ਮਹਿਲ ਜਿਸ ਦੇ ਬਹੁਤ ਸਾਰੇ ਨਾਂ ਰੱਖੇ ਹੋਏ ਨੇ. ਜਦੋਂ ਅਸੀਂ ਆਪਦੇ ਘਰ ਜਾਵਾਂਗੇ ਉੱਥੋਂ ਅਕਾਲ ਪੁਰਖ ਦੀ ਆਵਾਜ਼ ਸੁਣਾਂਗੇ, ਉਹ ਹੀ ਸਾਡੀ ਭਗਤੀ ਸੁਣ ਕੇ ਕਰਨੀ. ਇਸ ਕਰਕੇ ਸਾਨੂੰ ਦੱਸ ਦਿੱਤਾ ਸਾਡੀ ਭਗਤੀ ਕਿੱਥੋਂ ਸ਼ੁਰੂ ਹੁੰਦੀ ਹੈ, ਅੰਦੇ ਗੁਰਮੁਖ ਭਗਤ ਜਿੱਤ ਸਹਿਜ ਤੋਂ ਉਪਜੇ. ਜਦੋਂ ਸਾਡੇ ਅੰਦਰ ਸਹਿਜ ਵਿੱਚ ਜਾਣ 'ਤੇ ਉਸ ਅਕਾਲ ਪੁਰਖ ਦੇ ਮੁੱਖ ਵਿੱਚ ਨਿਕਲੀ ਆਵਾਜ਼ ਅਸੀਂ ਸੁਣਾਂਗੇ, ਉੱਥੋਂ ਸਾਡੀ ਭਗਤੀ ਸ਼ੁਰੂ ਹੋਣੀ ਹੈ. ਸੇਵਾ ਭਗਤ ਮਤ ਸੇਵਾ, ਜਦੋਂ ਅਸੀਂ ਗੁਰੂ ਦੀ ਸੇਵਾ ਕਰਾਂਗੇ, ਸ਼ਬਦ ਗੁਰੂ ਦੀ ਸੇਵਾ, ਸ਼ਬਦ ਗੁਰੂ ਦੀ ਸੇਵਾ ਉੱਥੇ ਸੁਣ ਕੇ ਕੀਤੀ ਜਾਂਦੀ ਹੈ. ਸੁਣਨਾ ਹੀ ਤੁਹਾਡੀ ਸੇਵਾ ਹੈ. ਆਓ ਸਤਿਗੁਰ ਦੀ ਸੇਵਾ ਦੇਖਣਾ ਹੀ ਉਸਦੀ ਸੇਵਾ ਹੈ, ਦ੍ਰਿਸ਼ਟੀ ਦੁਆਰਾ ਦੇਖੀ ਜਾਣਾ ਸਤਿਗੁਰ ਨੂੰ ਉਸਦੀ ਸੇਵਾ ਹੈ. ਇਸ ਕਰਕੇ ਸਾਨੂੰ ਦੱਸਿਆ ਸੇਵਾ ਐਸੀ ਕਰੇ ਜੀ, ਐਸੀ ਸੇਵਾ ਕਰੇ ਜਿਸ ਕਾ ਜੀਉ ਤਿਸ ਆਗੇ ਧਰੇ, ਸਹਿ ਪਾਵੇ ਸੋ ਪੁਰਾਣ ਸੋ ਸੇਵਕ ਦਰ ਕੇ ਪਾਵੇ ਮਾਨ. ਸੇਵਾ ਜਿਹੜੀ ਹੈ ਇਹਨੂੰ ਹੀ ਭਗਤੀ ਕਿਹਾ ਗਿਆ, ਗੁਰਸੇਵਾ ਗੁਰਭਗਤ ਹੈ. ਸੋ ਆਓ ਹੁਣ ਆਪਾਂ ਜਿਹੜਾ ਖੇਲ ਹੈ ਆਪਣਾ ਉਸ ਦੀ ਪਾਰੋਂ ਸ਼ੁਰੂ ਕਰੀਏ. ਇਸ ਖੇਲ ਦੇ ਵਿੱਚ ਸਾਡਾ ਮਨ ਖਿਡਾਰੀ ਹੈ,